प्यारे दर्शकों मैं आज ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਇਆ ਤੁਸੀਂ ਇਹਨੂੰ ਦੇਖਣਾ ਵੀ ਹੈ ਸ਼ੇਅਰ ਵੀ ਕਰਨਾ ਹੈ ਆਪਣੇ ਰਿਸ਼ਤੇਦਾਰਾਂ ਆਪਣੇਾਂ ਵਿੱਚ ਜਰੂਰ ਇਹਨੂੰ ਭੇਜਣਾ ਕਿਉਂਕਿ ਸਾਡੇ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਹੈ ਅੱਜ ਅਸੀਂ ਸ਼ਰਾਬ ਨੂੰ ਨਸ਼ਾ ਮੰਨਣਾ ਬੰਦ ਕਰ ਦਿੱਤਾ ਵਿਆਹਾਂ ਵਿੱਚ ਇਹਦੇ ਕਾਊਂਟਰ ਲੱਗਦੇ ਨੇ ਰੱਜ ਰੱਜ ਲੋਕ ਪੀਂਦੇ ਨੇ ਤੇ ਪੀਣ ਤੋਂ ਬਾਅਦ ਇਸ ਤਰ੍ਹਾਂ ਦੀ ਅੱਜ ਕੱਲ੍ਹ ਇਲੈਕਸ਼ਨ ਦੇ ਵਿੱਚ ਵੀ ਤਾਂ ਬਹੁਤ ਵੰਡੀ ਦੀ ਆ ਜਦੋਂ ਵੰਦੇ ਨੇ ਤੇ ਫਿਰ ਇਹਦੀ ਆਦਤ ਪੈ ਜਾਂਦੀ ਮੈਂ ਵੇਖਿਆ ਇਲੈਕਸ਼ਨ ਦੇ ਰਗੜੇ ਹੋਏ ਬੰਦੇ ਜਿਹੜੇ ਸ਼ਰਾਬੀ ਹੋ ਗਏ ਤੇ ਫਿਰ ਸਾਰੀ ਉਮਰਾਂ ਨੂੰ ਆਪਦੇ ਕੋਲ ਪੀਣੀ ਪੈਂਦੀ ਕਿਉਂਕਿ ਆਖਰ ਕਿਤੇ ਨਾ ਕਿਤੇ ਇਸ਼ਰਾਬਾਂ ਬੰਦੇ ਦੀਆਂ ਆਦਤ ਬਣ ਜਾਂਦੀਆਂ ਨੇ ਇੱਕ ਨਸ਼ਾ ਬਣ ਜਾਂਦੀ ਆ ਔਰ ਲੋਕ ਕਹਿੰਦੇ ਵੀ ਨਹੀਂ ਕਿ ਸ਼ਰਾਬ ਨਸ਼ਾ ਨਹੀਂ ਹੈ ਕਿਉਂਕਿ ਕਹਿੰਦੇ ਜਿੰਨਾ ਪੀਵੇ ਤਾਂ ਬੰਦੇ ਰਹੀ ਵਗੜਦਾ ਉਹ ਭਲਿਓ ਇਹ ਹੌਲੀ ਹੌਲੀ ਨਸ਼ਾ ਬਣ ਜਾਂਦੀ ਹੈ ਇਹਦੇ ਬਿਨਾ ਕਿੱਥੇ ਸਰਦਾ ਭਾਵੇਂ ਕੋਈ ਮਰਜੇ ਤੇ ਭਾਵੇਂ ਕੋਈ ਜਨਮ ਜੇ ਜਿਨ੍ਹਾਂ ਨੇ ਪੀਣੀ ਉਹਨਾਂ ਤੇ ਪੀਣੀ ਆ ਭਾਵੇਂ ਓਲੇ ਪੀ ਲੈਣ ਤੇ ਭਾਵੇਂ ਸਾਹਮਣੇ ਪੀ ਲੈਣ ਕਿੱਥੇ ਹਟਦੇ ਨੇ ਪਰ ਉਹ ਲੋਕਾਂ ਵਾਸਤੇ ਮੈਂ ਵੀਡੀਓ ਬਣਾਈ ਆ ਜਿਹੜੇ ਇਸ ਦੇ ਵਿੱਚ ਫਸ ਤੇ ਗਏ ਨੇ ਪਰ ਇਹਨੂੰ ਛੱਡਣਾ ਚਾਹੁੰਦੇ ਨੇ ਕਿਤੇ ਨਾ ਕਿਤੇ ਮਨ ਦੇ ਵਿੱਚ ਉਮੀਦ ਪਾਲੀ ਬੈਠੇ ਵੀ ਅਗਰ ਮੇਰੀ ਕੋਈ ਮੈਡੀਸਨ ਹੈਲਪ ਕਰ ਦੇ ਤਾਂ ਮੈਂ ਇਹਨੂੰ ਛੱਡ ਦੇਵਾਂ ਮੈਂ ਇਹਦੇ ਤੋਂ ਬਹੁਤ ਤੰਗਾ ਤਾਂ ਮੈਂ ਉਹਨਾਂ ਦੀ ਹੈਲਪ ਲਈ ਜਿਹੜੇ ਛੱਡਣਾ ਚਾਹੁੰਦੇ ਨੇ ਜਾਂ ਉਹ ਲੋਕ ਜਿਹੜੇ ਛੱਡਣਾ ਤਾਂ ਚਾਹੁੰਦੇ ਨੇ ਪਰ ਡਰਦੇ ਨੇ ਕਿ ਮੈਨੂੰ ਨੀਂਦ ਨਹੀਂ ਆਉਣੀ ਮੈਨੂੰ ਆਹ ਨਾ ਹੋ ਜੇ ਮੈਨੂੰ ਉਹ ਨਾ ਹੋ ਜੇ ਮੈਨੂੰ ਕੋਈ ਪੈਰਾਲਾਈਜ਼ ਨਾ ਹੋ ਜੇ ਮੈਨੂੰ ਆਹ ਨਾ ਹੋ ਜੇ ਉਹਨਾਂ ਵਾਸਤੇ ਵੀ ਇਹ ਬਹੁਤ ਲਾਭਦਾਇਕ ਹੈ ਔਰ ਇਹ ਮੈਡੀਸਨ ਮੈਂ ਹੋਮੋਪੈਥੀ ਦੀ ਦੱਸਣੀ ਆ ਹੋਮਿਓਪੈਥੀ ਦਵਾਈ ਦੱਸਣ ਜਾ ਰਿਹਾ ਮੈਂ ਤੁਹਾਡੇ ਲਈ ਜਿਹੜੀ ਤੁਹਾਡੀ ਸ਼ਰਾਬ ਛਡਾ ਦੇਗੀ ਔਰ ਤੁਹਾਨੂੰ ਤਕਲੀਫ ਨਹੀਂ ਆਉਣ ਦੇਗੀ ਔਰ ਤੁਹਾਡੇ ਸਰੀਰ ਦੀ ਮਰਮਮਤ ਕਰ ਦੇਗੀ ਸੋ ਮੈਡੀਸਨ ਹੈ ਸਭ ਤੋਂ ਪਹਿਲੀ ਮੈਡੀਸਨ ਹੈ ਹੋਮਿਓਪੈਥੀ ਦੀ ਇਸ ਦਾ ਨਾਮ ਹੈ ਸਟਰਕੁਲਿਆ ਕਯੂ ਲਿਖ ਕੇ ਵੀ ਦੇਵਾਂਗੇ ਸਕਰੀਨ ਤੇ ਨੋਟ ਕਰਿਆ ਜੇ ਇਹ ਕਿਹੜਾ ਬੰਦਾ ਪੀਵੇ ਇਹਨੂੰ ਇਹਦੀਆਂ 10 ਬੂੰਦਾ ਅੱਧੇ ਕੱਪ ਦੇ ਚ ਪਾ ਕੇ ਦਿਨ ਚ ਤਿੰਨ ਵਾਰੀ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਉਹਨਾਂ ਨੇ ਲੋਕਾਂ ਨੇ ਲੈਣੀ ਆ ਜਿਨ੍ਹਾਂ ਨੂੰ ਸ਼ਰਾਬ ਪੀਣ ਦੀ ਆਦਤ ਪੈ ਗਈ ਆ ਜਿਨ੍ਹਾਂ ਦਾ ਹਾਜਮਾ ਜਿਹੜਾ ਹੈ ਉਹ ਖਰਾਬ ਹੋ ਗਿਆ ਸਰੀਰ ਚ ਕਮਜ਼ੋਰੀ ਆ ਗਈ ਆ ਤਾਂ ਇਹ ਇੱਕ ਟੌਨਿਕ ਦਾ ਕੰਮ ਕਰੂਗੀ ਭੁੱਖ ਵਧਾ ਦੂਗੀ ਬੰਦਾ ਰੋਟੀ ਖਾਣ ਲੱਗ ਜਾਊਗਾ ਤੇ ਸਰੀਰ ਦੇ ਵਿੱਚ ਜਾਨ ਆ ਜਾਊਗੀ ਉਹਨਾਂ ਲੋਕਾਂ ਦੇ ਜਿਨ੍ਹਾਂ ਦਾ ਸ਼ਰਾਬ ਪੀਣ ਨੂੰ ਤਾਂ ਜੀ ਕਰਦਾ ਲੇਕਿਨ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਦਿਨ ਹੀ ਸ਼ਰਾਬਾਂ ਪੀ ਜਾਂਦੇ ਨੇ ਤੇ ਕਹਿੰਦੇ ਨੇ ਬਸ ਇਹੀ ਸਭ ਕੁਝ ਹੈ ਤਾਂ ਉਹ ਲੋਕ ਐਸ ਸ਼ਰਾਬ ਨੂੰ ਜਰੂਰ ਐਸ ਦਵਾਈ ਨੂੰ ਜਰੂਰ ਜਿਹੜਾ ਹੈ ਪੀਣ ਕਿਉਂਕਿ ਇਹ ਦਵਾਈ ਉਹਨਾਂ ਨੂੰ ਪੁਖਲਾਏਗੀ ਕਮਜ਼ੋਰੀ ਦੂਰ ਕਰੇਗੀ ਤੇ ਜਿਹੜੀ ਸ਼ਰਾਬ ਦੀ ਪਈ ਹੋਈ ਆਦਤ ਹੈ ਉਹਨੂੰ ਹਟਾ ਦੇਗੀ ਇਹ ਦਵਾਈ ਦਾ ਨਾਮ ਇੱਕ ਵਾਰਾਂ ਫਿਰ ਸੁਣ ਲਿਆ ਜਾਵੇ ਸਟਰ ਕੁਲੀਆ ਕਿਉ ਮਦਰ ਟਿੰਚਰ ਇਹ ਲੈਣੀ ਆ ਉਹਨਾਂ ਲੋਕਾਂ ਨੇ ਹੁਣ ਇੱਕ ਹੋਰ ਦਵਾਈ ਆ ਉਹਦਾ ਨਾਮ ਹੈ ਫਰਕਸ ਕਲੈਂਡੀਅਮ ਸਪਿਰਿਟਸ ਕਯੂ ਮਦਰ ਟਿੰਚਰ ਇਹ ਵੀ ਦਾਸੀ ਬੁੰਦਾਂ ਦੇ ਕਾਪਾਣੀ ਚ ਪਾ ਕੇ ਲੈਣੀ ਆ ਇਹ ਉਹਨਾਂ ਲੋਕਾਂ ਨੇ ਇਸ ਦਵਾਈ ਨੂੰ ਖਾਣਾ ਹੈ ਜਿਨ੍ਹਾਂ ਨੂੰ ਬਹੁਤ ਵੱਡੀ ਆਦਤ ਪਈ ਹੋਈ ਆ ਔਰ ਸ਼ਰਾਬ ਨੇ ਉਹਨਾਂ ਦੇ ਸਰੀਰ ਦਾ ਨੁਕਸਾਨ ਕਰ ਦਿੱਤਾ ਉਹਨਾਂ ਦੀ ਤਿੱਲੀ ਵੱਧ ਗਈ ਆ ਪੇਟ ਦੇ ਵਿੱਚ ਇਨਫੈਕਸ਼ਨ ਹੁੰਦੀ ਆ ਜਾਂ ਹੋਰ ਬਹੁਤ ਸਾਰੇ ਉਲਟਪੁਲਟ ਹੋ ਗਈ ਆ ਸਰੀਰ ਦੇ ਅੰਦਰ ਪੇਟ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਵਾ ਗਈਆਂ ਆ ਗਈਆਂ ਨੇ ਉਹ ਇਹ ਦਵਾਈ ਉਹਨਾਂ ਨੁਕਸਾਨਾਂ ਨੂੰ ਵੀ ਠੀਕ ਕਰ ਦਿੰਦੀ ਆ ਜਿੱਦਾਂ ਕਿਸੇ ਦੀ ਤਿੱਲੀ ਵੱਧ ਗਈ ਆ ਤਿੱਲੀ ਸਪਲੀਨ ਵੱਧ ਗਈ ਆ ਤਾਂ ਉਹ ਇਸ ਦਵਾਈ ਦੀ ਬਸ ਤਾਕਤ ਬਦਲ ਲੈਣ ਕਿਹੜੇ ਲੋਕ ਜਿਨ੍ਹਾਂ ਦੇ ਪੇਟ 'ਚ ਅਫਾਰਾ ਵੀ ਆਉਣ ਲੱਗ ਪਿਆ ਬਹੁਤ ਗੈਸ ਬਣਦੀ ਆ ਪੇਟ ਫੁੱਲਿਆ ਰਹਿੰਦਾ ਉਹ ਇਸ ਦਵਾਈ ਦੀ 3x 3x ਜਿਹੜੀ ਹੈ ਇਹ ਦਵਾਈ ਲੈਣ ਇਹਦੀਆਂ ਛੋਟੀਆਂ-ਛੋਟੀਆਂ ਗੋਲੀਆਂ ਹੁੰਦੀਆਂ ਉਹ ਇਸ ਦਵਾਈ ਦੀ ਇਸ ਤਾਕਤ 'ਚ ਖਾਣ ਤਾਂਕੇ ਉਹਨਾਂ ਦਾ ਪੇਟ ਠੀਕ ਹੋ ਜੇ ਅਫਾਰਾ ਠੀਕ ਹੋ ਜੇ ਤੇ ਸਪਲਿਨ ਠੀਕ ਹੋ ਜੇ ਪਰ ਇੱਕ ਇਹਦਾ ਅਸਰ ਹੋਰ ਹੁੰਦਾ ਹੈ ਜਿਹਨੂੰ ਅਸੀਂ ਸਾਈਡ ਇਫੈਕਟ ਕਹਿੰਦੇ ਆ ਉਹ ਹੁੰਦਾ ਦਸਤ ਲਾ ਦਿੰਦੀ ਹੈ ਦਵਾਈ ਪੇਟ ਦੀ ਸਫਾਈ ਜ਼ਿਆਦਾ ਕਰ ਦੇ ਜਿਨ੍ਹਾਂ ਨੂੰ ਕਬਜ਼ ਰਹਿੰਦੀ ਹੈ ਉਹਨਾਂ ਨੂੰ ਕੁਝ ਨਹੀਂ ਕਹਿੰਦੀ ਪਰ ਜਿਨ੍ਹਾਂ ਨੂੰ ਦਸਤ ਲੱਗ ਜਾਣ ਉਹ ਦਵਾਈ ਨੂੰ ਘਟਾ ਲੈਣ ਤੇ ਪੋਡੋਫਾਈਲਮ ਜਿਹੜੀ ਆ ਕਿਉ ਜਿਹੜੀ ਹੈ ਉਹ ਲੈਣ ਠੀਕ ਹੈ ਉਹਦੇ ਨਾਲ ਕੀ ਹੋਏਗਾ ਕਿ ਉਹਨਾਂ ਦੇ ਦਸਤ ਬੰਦ ਹੋ ਜਾਣਗੇ ਤਾਂ ਪੋਡੋਫਾਈਲਮ ਕਿਉ ਲੈ ਕੇ ਉਹ ਆਪਣੇ ਆਪ ਨੂੰ ਠੀਕ ਕਰਨ ਔਰ ਅਗਲੀ ਜਿਹੜੀ ਮੈਂ ਦਵਾਈ ਦੱਸਣ ਜਾ ਰਿਹਾ ਉਹਦਾ ਨਾਮ ਹੈ ਸਲਫੂਰੀਕਮ ਐਸਿਡਮ ਇਹ ਦਵਾਈ ਕੀ ਕਰਦੀ ਆ ਕਿ ਜਿੰਨਾਂ ਦੇ ਹੱਥ ਪੈਰ ਕੰਬਣ ਲੱਗ ਗਏ ਨੇ ਐਨੇ ਕ ਕਮਜ਼ੋਰ ਹੋ ਗਏ ਨੇ ਉਹ ਲੋਕ ਜਿਨ੍ਹਾਂ ਦੇ ਹੱਥ ਕੰਬਦੇ ਨੇ ਉਹ ਲੋਕ ਐਸ ਦਵਾਈ ਨੂੰ ਕਯੂ ਦੇ ਵਿੱਚ ਮਦਰ ਟਿੰਚਰ ਚ ਲੈਣ ਦੁਬਾਰਾ ਫਿਰ ਛਣ ਲੋ ਸਲਫੂਰੀਕਮ ਐਸਿਡਮ ਕਯੂ ਐਸ ਦਵਾਈ ਦੀਆਂ 10 ਬੂੰਦਾਂ ਦਿਨ ਚ ਤਿੰਨ ਵਾਰੀ ਉਹ ਲੋਕ ਪੀਣ ਜਿਨ੍ਹਾਂ ਦਾ ਸ਼ਰਾਬ ਪੀਣ ਨੂੰ ਬੜਾਈ ਜੀ ਕਰਦਾ ਅਰ ਦਿਨੇ ਰਾਤ ਪੀਂਦੇ ਰਹਿੰਦੇ ਨੇ ਪਰ ਕਮਜ਼ੋਰ ਹੋ ਚੁੱਕੇ ਨੇ ਹੱਥ ਵੀ ਕੰਬਣ ਲੱਗ ਗਏ ਨੇ ਉਹ ਐਸ ਦਵਾਈ ਨੂੰ ਲੈਣ ਤਾਂ ਕਿ ਉਹਨਾਂ ਦੀ ਉਹ ਕਮਜ਼ੋਰੀ ਵੀ ਦੂਰ ਹੋ ਜੇ ਹੱਥ ਪੈਰ ਕੰਬਣੋ ਵੀ ਬੰਦ ਹੋ ਜਾਣ ਜਿਨ੍ਹਾਂ ਦਾ ਸਾਰਾ ਦਿਨ ਕੋਈ ਨਾ ਕੋਈ ਉਤੇਜਕ ਚੀਜ਼ ਜਿਹਨੂੰ ਅਸੀਂ ਸਟੀਮੂਲੈਂਟ ਕਹਿੰਦੇ ਆ ਪੇਟ ਕਹਿੰਦਾ ਵੀ ਛੇਤੀ ਅਸੀਂ ਚੀਜ਼ ਲਿਆ ਜਿੱਦਾਂ ਤਰ੍ਹਾਂ ਸਰੀਰ ਚੱਕਿਆ ਜਾਵੇ ਤਾਂ ਉਹਨਾਂ ਦੇ ਇੱਕ ਕੰਮ ਦੀ ਦਵਾਈ ਹ ਸਲਫੂਰੀਕਮ ਐਸਿਡਮ ਕਿਉ ਇਹ ਉਹ ਦਵਾਈ ਲੈ ਲੈਣ ਇੱਕ ਦਵਾਈ ਉਹ ਮੈਂ ਦੱਸਣ ਜਾ ਰਿਹਾ ਹੋਮੋਪੈਥੀ ਦੀ ਉਹਦਾ ਨਾਮ ਹੈ ਸਲਫਰ 30 ਜਿਹੜੇ ਸਾਰੇ ਹੀ ਮਰੀਜ਼ ਲੈਣ ਪਰ ਹਫਤੇ ਚ ਇੱਕ ਦੋ ਵਾਰਾਂ ਖਾਲੀ ਪੇਟ ਦੀ ਦੋ ਤਿੰਨ ਬੂੰਦਾ ਸਲਫਰ 30 ਦੀਆਂ ਦੋ ਤਿੰਨ ਬੂੰਦਾ ਥੋੜੇ ਜੇ ਪਾਣੀ ਚ ਦੋ ਤਿੰਨ ਚਮਚੇ ਪਾ ਕੇ ਖਾਲੀ ਪੇਟ ਲੈ ਲੈਣ ਅਗਲੀ ਗੱਲ ਇਹ ਸਾਰੇ ਹੀ ਦੋ ਤਿੰਨ ਵਾਰੀ ਲੈਣ ਅਗਲੀ ਗੱਲ ਇੱਕ ਹੋਰ ਕਿ ਇਹ ਦਵਾਈਆਂ ਨੇ ਹਾਲਾਂਕਿ ਹੋਮੋਪੈਥੀ ਦਵਾਈਆਂ ਦੇ ਕੋਈ ਨੁਕਸਾਨ ਨਹੀਂ ਹੁੰਦੇ ਪਰ ਫੇਰ ਵੀ ਜੇ ਤੁਸੀਂ ਡਾਕਟਰ ਕੋਲੇ ਜਾ ਕੇ ਰਹਿ ਮਸ਼ਵਰਾ ਕਰਕੇ ਇਹਨਾਂ ਦਵਾਈਆਂ ਨੂੰ ਲੈ ਲਓ ਉਹਦੀ ਉਹਨੂੰ ਕੰਸਲਟ ਕਰਕੇ ਤੇ ਜ਼ਿਆਦਾ ਬੈਟਰ ਹੋਏਗਾ ਆਪਦੇ ਸਿੰਪਟਮ ਦੇ ਮਤਾਬਕ ਦਵਾਈ ਲਓਗੇ ਤਾਂ ਇਸ ਨਾਮਰਾਦ ਬਿਮਾਰੀ ਜਿਨੇ ਲੋਕਾਂ ਦੀ ਜ਼ਮੀਨ ਵਕਾ ਦਿੱਤੀ ਹੈ ਇੱਜ਼ਤ ਖਰਾਬ ਕਰ ਦਿੱਤੀ ਹੈ ਪੈਸਾ ਮੁਕਾ ਦਿੱਤਾ ਹੈ ਇਸ ਬਿਮਾਰੀ ਨੇ ਇਸ ਸ਼ਰਾਬ ਨੇ ਜ਼ਮੀਨਾਂ ਤੱਕ ਵਿਕਾਈਆਂ ਨੇ ਕਤਲ ਤੱਕ ਕਰਾਏ ਨੇ ਔਰ ਉਹ ਲੋਕ ਵੀ ਮੇਰੀ ਅਪੀਲ ਜ਼ਰੂਰ ਸੁਣਣ ਜਿਹੜੇ ਸ਼ਰਾਬ ਪੀਣ ਤੋਂ ਬਾਅਦ ਘਰ ਦੇ ਵਿੱਚ ਕਲੇਸ਼ ਕਰਦੇ ਨੇ ਲੜਾਈ ਕਰਦੇ ਨੇ ਨੁਕਸਾਨ ਕਰਦੇ ਨੇ ਪਰ ਸਵੇਰੇ ਕਹਿੰਦੇ ਆ ਸਾਨੂੰ ਤਾਂ ਪਤਾ ਹੀ ਨਹੀਂ ਕੀ ਹੋਇਆ ਉਹ ਬੰਦੇ ਸਮਝ ਲੈਣ ਕਿ ਸ਼ਰਾਬ ਉਹਨਾਂ ਦੇ ਦਿਮਾਗ ਨੂੰ ਚੜਦੀ ਆ ਉਹ ਡੋਜ਼ ਹੱਦ ਤੋਂ ਵੱਧ ਲੈਂਦੇ ਨੇ ਤਾਂ ਕਿ ਉਹਨਾਂ ਦਾ ਦਿਮਾਗ ਜਿਹੜਾ ਹੈ ਉਹ ਰਿਕਾਰਡ ਨਹੀਂ ਕਰ ਪਾਉਂਦਾ ਕੀ ਕੀ ਕਰਦੇ ਨੇ ਤੇ ਉਸ ਨਸ਼ੇ ਵਿੱਚ ਬਹੁਤ ਵਾਰਾ ਉਹ ਬਹੁਤ ਵੱਡਾ ਨੁਕਸਾਨ ਕਰ ਬੈਠਦੇ ਨੇ ਕਿਸੇ ਦਾ ਸਰੀਰਕ ਨੁਕਸਾਨ ਵੀ ਉਹ ਕਈ ਵਾਰਾ ਕਰ ਦਿੰਦੇ ਨੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕੀ ਕੀਤਾ ਇਹਨੂੰ ਗੁਰੂ ਸਾਹਿਬਾਨੇ ਗੁਰਬਾਣੀ ਚ ਆਖਿਆ ਸੀ ਕਜਿਤ ਪੀਤਾ ਮਤ ਬਿਸਰੈ ਬਰਲ ਪਵਾ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੀ ਖਸਮੋ ਧੱਕੇ ਖਾਏ ਕਹਿਣ ਦਾ ਮਤਲਬ ਕਿ ਜਿਹਨੂੰ ਪੀਣ ਦੇ ਨਾਲ ਆਦਮੀ ਬਰਲ ਬਰਲ ਬੋਲਣ ਲੱਗ ਜਾਵੇ ਜਿਹਦੀ ਮਤ ਬਿਸਰ ਜਾਵੇ ਤੇ ਉਹ ਨੂੰ ਆਪਣੇ ਪਰਾਏ ਦੀ ਪਛਾਣ ਭੁੱਲ ਜਾਵੇ ਤਾਂ ਫਿਰ ਇਹਦਾ ਮਤਲਬ ਇਹਨੂੰ ਕਹਿੰਦੇ ਆ ਸ਼ਰਾਬ ਇਹ ਪੀਣ ਤੋਂ ਬਾਅਦ ਐਦਾਂ ਹੀ ਹੁੰਦਾ ਵੈਸੇ ਕਹਿੰਦੇ ਨੇ ਇੱਕ ਦੁਸ਼ਮਣ ਕੀ ਚਾਹੁੰਦਾ ਹੈ ਦੁਸ਼ਮਣ ਇਹ ਚਾਹੁੰਦਾ ਹੈ ਕਿ ਮੇਰੇ ਦੁਸ਼ਮਣ ਦੇ ਕੋਲੇ ਪੈਸਾ ਨਾ ਰਵੇ ਇਹਦੀ ਇੱਜ਼ਤ ਖਰਾਬ ਹੋ ਜਾਵੇ ਤੇ ਇਹ ਸਰੀਰੋਂ ਖਤਮ ਹੋ ਜਾਏ ਤਾਂ ਕਹਿਣਾ ਕੀ ਹੈ ਤਾਂ ਪਲਿਓ ਇਹ ਸ਼ਰਾਬ ਹੋਵੇ ਤੇ ਭਾਵੇਂ ਕੋਈ ਹੋਰ ਨਸ਼ਾ ਇਹ ਤਿੰਨ ਕੰਮ ਕਰ ਦਿੰਦਾ ਹੈ ਪਹਿਲਾਂ ਬੰਦੇ ਦੀ ਪੈਸੇ ਖਤਮ ਕਰ ਦਿੰਦਾ ਫਿਰ ਉਹਦੀ ਇੱਜ਼ਤ ਖਤਮ ਕਰ ਦਿੰਦਾ ਤੇ ਫਿਰ ਉਹਦੇ ਸਰੀਰ ਨੂੰ ਵੀ ਖਤਮ ਕਰ ਦਿੰਦਾ ਪਤਾ ਨਹੀਂ ਕਿੰਨੇ ਲੋਕ ਇਸ ਸ਼ਰਾਬ ਦੇ ਮਾਰੇ ਹੋਏ ਜਿਗਰ ਖਰਾਬ ਕਰਕੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਪਰ ਜਿਹੜੇ ਅਜੇ ਤੁਰੇ ਫਿਰਦੇ ਨੇ ਉਹ ਆਪਣਾ ਧਿਆਨ ਜ਼ਰੂਰ ਰੱਖੋ ਸ਼ਰਾਬ ਪੀਣ ਦੀ ਆਦਤ ਨੂੰ ਛੱਡ ਦਿਓ ਦਵਾਈ ਦੀ ਸਹਾਇਤਾ ਲੈ ਕੇ ਵੀ ਜ਼ਰੂਰ ਛੱਡੋ ਕਿਉਂਕਿ ਇਹ ਤੁਹਾਨੂੰ ਹੈਲਪ ਕਰੇਗੀ ਤੁਹਾਨੂੰ ਇਹਦੇ ਚੋਂ ਬਾਹਰ ਕੱਢੇਗੀ ਔਰ ਤੁਹਾਨੂੰ ਐਨਾ ਕੁ ਸਮਰੱਥ ਕਰ ਦੇਗੀ ਕਿ ਤੁਸੀਂ ਸ਼ਰਾਬ ਨੂੰ ਛੱਡ ਸਕੋਗੇ ਤੁਹਾਡੀ ਮਨੋਦਸ਼ਾ ਨੂੰ ਬਦਲਣ ਦੀ ਹਾਲਤ ਜਿਹੜੀ ਮਨੋਦਸ਼ਾ ਤੁਹਾਡੀ ਉਸ ਪੀਣ ਦੀ ਦਿਨ ਰਾਤ ਤੁਹਾਡੀ ਬਣੀ ਹੋਈ ਆ ਇੱਛਾ ਕਿ ਮੈਂ ਪੀਵਾਂ ਹੋਰ ਪੀਵਾਂ ਹੋਰ ਪੀਵਾਂ ਦਿਨ ਰਾਤ ਪੀਵਾਂ ਲੁੱਕ ਕੇ ਪੀਵਾਂ ਉਦਾਲ ਚੱਕ ਕੇ ਪੀਵਾਂ ਇਧਰ ਉਧਰ ਫੜ ਕੇ ਪੀਵਾਂ 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 ਹੋਈ ਪਈ ਆ ਉਹ ਪੀਵਾਂ ਪੀਵਾਂ ਇਹ ਦੂ ਦਵਾਈਆਂ ਦੂਰ ਕਰਨਗੀਆਂ ਕਿਉਂਕਿ ਇਹਨਾਂ ਨੇ ਮਨ ਤੇ ਅਸਰ ਕਰਨਾ ਹੈ ਮਾਨਸਿਕ ਤੌਰ ਤੇ ਤੁਸੀਂ ਅੰਦਰੋਂ ਤਿਆਰ ਹੋਗੇ ਤੇ ਇਹਨੂੰ ਛੱਡੋਗੇ ਇਹਦੇ ਤੇ ਤੁਸੀਂ ਜਿੱਤ ਪਾਓਗੇ ਅਗਰ ਤੁਸੀਂ ਮੇਰੀ ਗੱਲ ਮੰਨ ਕੇ ਇਹਨਾਂ ਚੋਂ ਆਪਣੇ ਸਿੰਪਟਮ ਦੇ ਮੁਤਾਬਕ ਆਪਣੀ ਦਵਾਈ ਦੀ ਚੋਣ ਕਰਕੇ ਜਾਂ ਨਜ਼ਦੀਕੀ ਹੋਮ्योपैथी ਡਾਕਟਰ ਕੋਲੋਂ ਚੋਣ ਕਰਵਾ ਕੇ ਅਗਰ ਦਵਾਈ ਤੁਸੀਂ ਖਾਧੀ ਜ਼ਰੂਰ ਠੀਕ ਹੋਗੇ ਇਹ ਮੈਂ ਸਮਾਜ ਦੇ ਭਲੇ ਲਈ ਵੀਡੀਓ ਪਾ ਰਿਹਾ ਤੁਸੀਂ ਇਹਨੂੰ ਅੱਗੇ ਵੀ ਭੇਜਿਆ ਜੇ ਆਪ ਵੀ ਜਿਹੜੇ ਇਸ ਚੀਜ਼ ਦਾ ਸ਼ਿਕਾਰ ਹੋ ਚੁੱਕੇ ਨੇ ਵਰਤ ਕੇ ਲਾਹਾ ਲਿਆ ਜੇ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਵੀਡੀਓ ਦੇਖਣ ਲਈ ਤੁਹਾਡੀ ਬਹੁਤ ਬਹੁਤ Mirbani.